ਭਾਵੇਂ ਕਿਸੇ ਨੂੰ ਐਮ ਪੀ ਟਿਕਟ ਮਿਲੀ ਹੋਵੇ, ਲੋਕਾਂ ਨੇ ਭਜਾਏ ਆ, ਤੁਸੀਂ ਆਪਦੇ ਕੈਮਰਿਆਂ 'ਚ ਵੇਖੇ ਆ। ਇਸ ਕਰਕੇ ਕਹਿਣਾ ਚਾਹੁੰਦੇ ਹਾਂ ਵੀ ਆਹ ਸਵਾਲਾਂ ਤੋਂ ਭੱਜਦੇ ਲੋਕਾਂ ਕੋਲ ਵੋਟਾਂ ਕਿੱਦਾਂ ਮੰਗੋਗੇ? ਆਓ ਇਹ ਜਿਹੜਾ ਆਹ ਵੇਖੋ ਇਕੱਲੀਆਂ ਇਕੱਲੀਆਂ ਗੱਡੀਆਂ ਜਾ ਰਹੀਆਂ, ਇਹਨਾਂ ਨੂੰ ਸ਼ਰਮ 'ਚ ਡੁੱਬ ਕੇ ਮਰ ਜਾਣਾ ਚਾਹੀਦਾ ਵੀ ਇਹ ਲੋਕਾਂ ਦੇ, ਇਹ ਲੋਕ ਉਹੀ ਹੈ ਜਿਨ੍ਹਾਂ ਦੇ ਉੱਥਰੂ ਗੈਸ ਦੇ ਗੋਲੇ 315 ਗੋਲੀਆਂ ਮਾਰਦੇ ਰਹੇ ਜੋ ਇਹ ਲੋਕ ਜਿਹੜੇ ਭੁੱਲ। ਹਾਂਜੀ ਇਹ ਵਿਰੋਧ ਜਿਹੜਾ ਐਮ ਪੀ 'ਚ ਸੀਟ ਮਿਲੀ ਚਰਨਜੀਤ ਕੋਈ ਉਹਨਾਂ ਦਾ ਨਾਮ ਆ, ਮੈਨੂੰ ਨਾਮ ਨਹੀਂ ਯਾਦ, ਹਲਕੇ ਦਾ ਵਿਧਾਇਕ ਹੈ ਜਿਹੜਾ ਅੰਮ੍ਰਿਤਪਾਲ ਸਿੰਘ ਬੋਨੀ, ਇਹਨਾਂ ਦਾ ਵਿਰੋਧ ਹੋ ਰਿਹਾ ਜੀ, ਵਿਰੋਧ ਬੀਜੇਪੀ ਸਰਕਾਰ ਦਾ ਵਿਅਕਤੀ ਕਰੋ। ਹਾਂਜੀ ਅਗਲੀ ਰਣਨੀਤੀ ਇਹ ਆ ਵੀ ਇਹ ਜਿਹੜੇ ਲੋਕ ਨੇ ਇਹ ਇਹਨਾਂ ਨੂੰ ਪਿੰਡਾਂ 'ਚ ਬਾਈਕਾਟ ਕਰਾਂਗੇ, ਵੜਨ ਨਹੀਂ ਦੇਵਾਂਗੇ। ਇਸ ਕਰਕੇ ਆਹ ਆਹ ਜਿਹੜੇ ਲੋਕ ਨੇ ਇਹ ਇੰਨੇ ਚਿਰ ਦੇ ਵੇਟ ਕਹਿੰਦੇ ਜੇ ਹੁੰਦੇ ਸਵਾਲਾਂ ਦਾ ਜਵਾਬ ਦਿੰਦੇ। ਵਿਰੋਧ ਕੀਤਾ ਜਾ ਰਿਹਾ ਅੱਜ ਜਿਹੜੀ ਬੀਜੇਪੀ ਸਰਕਾਰ ਹੈ ਜਿਹਨੂੰ ਅੱਜ ਸੱਤਾ ਦੇ ਵਿੱਚ ਆਉਣ ਲਈ ਫਿਰ ਉਸੇ ਤਰ੍ਹਾਂ ਹੀ ਵੋਟਾਂ ਲੈਣ ਵਾਸਤੇ ਪਿੰਡਾਂ 'ਚ ਵੇਟ ਆ ਰਹੀ ਆ। ਸੰਯੁਕਤ ਮੋਰਚੇ ਦੀ ਕਾਲ ਆ ਕਿ ਜਿਹੜਾ ਸਾਨੂੰ ਨਾ ਸੜਕਾਂ 'ਤੇ ਰੋਲਿਆ, ਜਿਹੜੀ ਸਾਡੀ ਗੱਲ ਨਹੀਂ ਸੁਣਦੇ, ਅਣਸੁਣੀਆਂ ਗੱਲਾਂ ਕਰਦੇ ਨੇ, ਅੱਜ ਉਹਨਾਂ ਨੂੰ ਪਿੰਡਾਂ ਵਿੱਚ ਵੜਨ ਤੋਂ ਆਪਾਂ ਰੋਕਾਂਗੇ। ਅੱਜ ਇਹ ਰੋਡ ਸ਼ੋਅ ਕਰਨ ਵਾਸਤੇ ਜਾ ਰਹੇ ਨੇ, ਇਹਨਾਂ ਦਾ ਪੂਰਨ ਜ਼ੋਰ ਡਟ ਕੇ ਵਿਰੋਧ ਕਰਾਂਗੇ। ਜਦੋਂ ਇਹ ਪਿੰਡਾਂ ਵਿੱਚ ਆਉਣਗੇ ਪਿੰਡਾਂ ਵਿੱਚ ਵੀ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ, ਕਿਸੇ ਪਿੰਡ ਦੇ ਵਿੱਚ ਇਹਨਾਂ ਨੂੰ ਵੜ ਦਿੱਤਾ ਨਹੀਂ ਜਾਊਗਾ ਜੀ।